रंजीत रेडियो सुनने वाले सारे श्रोतियां नू रंजीत कौर संधु सोनी दी प्यार भरी सत श्री अकाल। नमस्कार दोस्तों, जिवें तुसी जानदे हो कि भारत जिहड़ा साडा देश है ਉਹ 75ਵੀਂ ਮਹਾਕੁੰਭ ਮਨਾ ਰਿਹਾ ਆਜ਼ਾਦੀ ਦਾ। 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਔਰ ਡੈਮੋਕ੍ਰੇਸੀ ਜਿਹੜੀ ਹੈ ਹੌਲੀ ਹੌਲੀ ਆਪਣਾ ਜਿਹੜਾ ਰੂਪ ਆ ਉਹ ਨਿਖਾਰ ਰਹੀ ਹੈ। ਤੇ ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹੈ ਲੋਕਾਂ ਲਈ, ਲੋਕਾਂ ਦੁਆਰਾ ਜਿਹੜੀ ਉਹ ਸਰਕਾਰ ਹੈ। ਸੋ ਕਈ ਵਾਰ ਇਹਦੇ ਵਿੱਚ ਇਹੋ ਜਿਹੇ ਬਦਲਾਵ ਹੁੰਦੇ ਆ, ਕਈ ਵਾਰ ਤਾਂ ਜਿਹੜੇ ਬਦਲਾਵ ਹੁੰਦੇ ਆ ਉਹ ਭਲੇ ਵਾਸਤੇ ਹੀ ਹੁੰਦੇ ਲੋਕਾਂ ਦੇ, ਪਰ ਕਈ ਵਾਰ ਬਦਲਾਵ ਸਾਰਾ ਤੋਂ ਮਾੜਾ ਨਹੀਂ ਹੁੰਦਾ, ਪਰ ਵਿੱਚ ਵਿੱਚ ਕੁਛ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਚੁੱਭਦੀਆਂ। ਤੁਸੀਂ ਅਕਸਰ ਦੇਖਿਆ ਹੋਏਗਾ ਕਿ ਜਦੋਂ ਵੀ ਪਾਰਲੀਮੈਂਟ ਸੈਸ਼ਨ ਹੁੰਦੇ ਆ, ਹੁਣ ਮਾਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਉਦੋਂ ਬਹੁਤ ਸਾਰੀ ਲੜਾਈ ਹੁੰਦੀ ਹੈ ਆਪਸ ਦੇ ਵਿੱਚ ਸਾਂਸਦਾਂ ਦੀ, ਔਰ ਨਾਲ ਹੀ ਜਿਹੜੀ ਭਾਸ਼ਾ ਦੀ ਵਰਤੋਂ ਆ ਉਹ ਸਹੀ ਢੰਗ ਦੇ ਨਾਲ ਨਹੀਂ ਕੀਤੀ ਜਾਂਦੀ, ਤੇ ਉਹਦੇ ਨਾਲ ਜਿਹੜਾ ਆ ਕਹਿ ਲਓ ਇੱਕ ਕਿਸਮ ਨਾਲ ਚੰਗਾ ਵੀ ਨਹੀਂ ਲੱਗਦਾ। ਤੇ ਇਹਦੇ ਤਹਿਤ ਹੀ ਹਰ ਸਾਲ ਕੁਛ ਜਿਹੜੀ ਡਿਕਸ਼ਨਰੀ ਹੁੰਦੀ ਹੈ ਉੱਥੇ ਬੋਲਣ ਨੂੰ ਕੁਛ ਸ਼ਬਦਾਂ ਦੀ, ਔਰ ਹਰ ਸਾਲ ਹੀ ਉਹ ਲਿਆਂਦੀ ਜਾਂਦੀ ਹੈ। ਪਰ ਇਸ ਵਾਰ ਜਿਹੜੇ ਅਨਪਾਰਲੀਮੈਂਟ ਵਰਡਸ ਹੈ ਉਹਨਾਂ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਹਦੇ ਤੇ ਬਹੁਤ ਜ਼ਿਆਦਾ ਵਿਵਾਦ ਉੱਠਿਆ। ਇਹਦੇ ਤੇ ਅਸੀਂ ਗੱਲਬਾਤ ਕਰਾਂਗੇ ਵਰਿੰਦਰ ਸ਼ਰਮਾ ਜੀ ਦੇ ਨਾਲ, ਜੋ ਕਿ ਬੜੇ ਹੀ ਉੱਘੇ ਪੱਤਰਕਾਰ ਨੇ, ਔਰ ਬਹੁਤ ਬਹੁਤ ਸਵਾਗਤ ਉਹਨਾਂ ਦਾ ਰਣਜੀਤ ਰੇਡੀਓ 'ਚ। ਨਮਸਕਾਰ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਮੈਂ ਉਹ ਸ਼ਬਦਾਂ ਦੀ ਲਿਸਟ ਦੱਸ ਦਿੰਦੀ ਹਾਂ, ਫਿਰ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸ ਦੇਣਾ। ਸਭ ਤੋਂ ਪਹਿਲਾਂ ਤਾਂ ਦੋਸਤੋ ਗੱਲ ਇਹ ਹੈ ਕਿ ਜਿਹੜੇ ਸ਼ਬਦਾਂ ਲੋਲੀਪੋਪ ਸ਼ਬਦ ਜਿਹੜਾ ਆ ਉਹ ਪੰਜਾਬ ਦੀ ਵਿਧਾਨ ਸਭਾ ਨੇ ਉਹਦੇ ਤੇ ਰੋਕ ਲਾਈ ਲੋਲੀਪੋਪ ਸ਼ਬਦ ਦੇ ਉੱਪਰ, ਔਰ ਜਿਹੜੀ ਹੁਣ ਪਾਬੰਦੀ ਲਗਾਈ ਗਈ ਹੈ ਉਹ ਕੋਵਿਡ ਸਪਰੈਡਰ, ਬਾਲ ਬੁੱਧੀ, ਅਸ਼ੇਮਡ, ਅਬਿਊਜ਼ਡ, ਬਟਰੇਡ, ਕਰਪਟ, ਡਰਾਮਾ, ਇਨਕੰਪੀਟੈਂਟ, ਦੈਨ ਅਨਾਰਕਿਸਟ ਔਰ ਸ਼ਕੁਨੀ, ਡੈਕਟੋਰੀਅਲ, ਤਮਾਸ਼ਾ, ਖਾਲਿਸਤਾਨ, ਖੂਨ ਸੇ ਖੇਤੀ, ਇਸ ਤੋਂ ਇਲਾਵਾ ਵਿਨਾਸ਼ ਪੁਰਸ਼, ਜੁਮਲਾਗਿਰੀ ਔਰ ਹਿਪੋਕ੍ਰੇਸੀ ਔਰ ਸਨੂਪ ਗੇਟ, ਹੋਰ ਵੀ ਬਹੁਤ ਸਾਰੇ ਸ਼ਬਦ ਨੇ, ਸੈਕਸੁਅਲ ਹਰਾਸਮੈਂਟ, ਬਲੱਡ ਸ਼ੈਡ, ਬਲੱਡੀ, ਬਟਰੇਡ, ਅਸ਼ੇਮਡ, ਚੀਟਡ, ਚਾਈਲਡਿਸ਼ਨੈਸ, ਕਰਪਟ, ਕੋਵਿਡ, ਕ੍ਰਿਮੀਨਲ, ਕ੍ਰੋਕੋਡਾਇਲ ਟੀਅਰਸ, ਡਿਸਗ੍ਰੇਸ, ਡੋਂਕੀ, ਆਈ ਵਾਸ਼ ਐਂਡ ਹਿਪੋਕ੍ਰੇਸੀ ਦੇਨ ਅਗੇਨ, ਇਸ ਤੋਂ ਇਲਾਵਾ ਦੋਹਰਾ ਚਰਿੱਤਰ, ਨਿਕੰਮਾ, ਨੋਟੰਕੀ, ਡਿੰਡੋਰਾ ਪੀਟਣਾ, ਬੈਰੀ ਸਰਕਾਰ, ਗਿਰਗਟ ਔਰ ਅਪਮਾਨ, ਬਹੁਤ ਸਾਰੇ ਸ਼ਬਦ ਨੇ ਦੋਸਤੋ, ਇਹਦੀ ਲਿਸਟ ਪਈ ਵੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਸਰ ਮੈਂ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਜਿਹੜੀ ਪੰਜਾਬ ਵਿਧਾਨ ਸਭਾ ਉਹਨੇ ਲੋਲੀਪੋਪ ਸ਼ਬਦ ਜਿਹੜਾ ਰਿਮੂਵ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਕਿ ਇਹ ਜਿਹੜਾ ਹੁਣ ਸਰਕਾਰ ਇਹ ਦੱਸ ਵੀ ਰਹੀ ਹੈ ਨਾ, ਜਦੋਂ ਸਵਾਲ ਉੱਠਿਆ ਕਿ ਤੁਸੀਂ ਇਹ ਸ਼ਬਦ ਜਿਹੜੇ ਨੇ ਇਹਨਾਂ ਨੂੰ ਕਿਉਂ ਤੁਸੀਂ ਇਹਨਾਂ ਤੇ ਪਾਬੰਦੀ ਲਾ ਰਹੇ ਹੋ, ਤੇ ਸਰਕਾਰ ਦੇ ਬੁਲਾਰਿਆਂ ਨੇ ਕਈ ਥਾਂ ਤੇ ਕਿਹਾ ਕਿ ਇਹਨਾਂ ਚੋਂ ਬਹੁਤੇ ਸ਼ਬਦ ਉਹ ਨੇ ਜਿਹੜੇ ਵੱਖ ਵੱਖ ਵਿਧਾਨ ਸਭਾਵਾਂ ਦੇ ਵਿੱਚ ਪਾਬੰਦੀ ਲਾਈ ਗਈ ਇਹਨਾਂ ਤੇ। ਗੱਲ ਇਹ ਹੈ ਕਿ ਹਰ ਸੂਬੇ ਦਾ ਆਪਣਾ ਕਲਚਰ ਹੈ, ਆਪਣੀ ਲੈਂਗੁਏਜ ਹੈ, ਆਪਣਾ ਤੌਰ ਤਰੀਕਾ ਹੈਗਾ। ਜਿਹੜੇ ਲੋਲੀਪੋਪ ਸ਼ਬਦ ਜਿਹੜਾ ਨਾ ਅੰਗਰੇਜ਼ੀ ਦਾ ਸ਼ਬਦ ਹੈ, ਪੰਜਾਬੀ ਦੇ ਵਿੱਚ ਵੈਸੇ ਹੀ ਇਹਦਾ ਘੱਟ ਇਸਤੇਮਾਲ ਹੁੰਦਾ ਹੈ। ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਇਹਨੂੰ ਦੇਖੀਏ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ, ਤੇ ਲੋਲੀਪੋਪ ਸ਼ਬਦ ਜਿਹੜਾ ਹੈਗਾ ਉਹ ਹਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਇਸਤੇਮਾਲ ਹੁੰਦਾ ਹੈ, ਔਰ ਆਮ ਜਨਰਲ ਟਾਕ ਦੇ ਵਿੱਚ, ਗੱਲਬਾਤ ਕਰਨ ਦੇ ਵਿੱਚ ਉਹਨੂੰ ਅਸੀਂ ਪ੍ਰਯੋਗ ਕਰਦੇ ਹਾਂ। ਮਤਲਬ ਲੋਲੀਪੋਪ ਸ਼ਬਦ ਗ੍ਰੈਮੈਟਿਕਲੀ ਜਿਹੜੇ ਟਕਸਾਲੀ ਭਾਸ਼ਾ, ਬਹੁਤ ਸਾਰੇ ਸਾਡੇ ਮਿਨਿਸਟਰ ਚਾਹੇ ਉਹ ਕੌਮੀ ਪੱਧਰ ਤੇ ਨੇ ਤੇ ਚਾਹੇ ਉਹ ਸਟੇਟ ਲੈਵਲ ਤੇ ਨੇ, ਅਨਪੜ੍ਹ ਵੀ ਹੁੰਦੇ ਨੇ, ਸਾਨੂੰ ਪਤਾ ਹੈ। ਤੇ ਜਿਹੜੇ ਅਨਪੜ੍ਹ ਲੋਕ ਹੁੰਦੇ ਨੇ ਉਹਨਾਂ ਨੂੰ ਟਕਸਾਲੀ ਬੋਲੀ ਦੀ ਇੰਨੀ ਸਮਝ ਨਹੀਂ ਹੁੰਦੀ, ਉਹ ਉਹੀ ਆਮ ਭਾਸ਼ਾ ਵਰਤਦੇ ਆ ਜੋ ਸਾਡੇ ਪਿੰਡਾਂ ਦੇ ਵਿੱਚ ਵਰਤੀ ਜਾਂਦੀ ਹੈ ਆਮ ਬੋਲਚਾਲ ਦੇ ਵਿੱਚ। ਜਿਹੜੀ ਸਾਡੀ ਭਾਸ਼ਾ ਹੁੰਦੀ ਉਹੀ ਜਦੋਂ ਅਸੀਂ ਕਿਤੇ ਜਾ ਕੇ ਬਹਿੰਦੇ ਹਾਂ ਤਾਂ ਉਹਦਾ ਰੂਪ ਜ਼ਰੂਰ ਦਿਖਦਾ ਹੈ। ਤੇ ਜੇ ਸ਼ਬਦਾਂ ਦਾ ਉਹਨਾਂ ਨੇ ਇਸ ਤਰ੍ਹਾਂ ਚੋਣ ਕਰਨ ਦੀ ਗੱਲ ਕੀਤੀ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਮਿਨਿਸਟਰਾਂ ਦੀ ਕੁਆਲੀਫਿਕੇਸ਼ਨ ਦਾ ਵੀ ਕੁਝ ਹੋਣਾ ਚਾਹੀਦਾ ਕਿ ਇੰਨੀ ਕੁਆਲੀਫਿਕੇਸ਼ਨ ਮਿਨਿਸਟਰ ਦੇ ਕੋਲ ਹੋਣੀ ਚਾਹੀਦੀ ਤਦੀ ਉਹ ਭਾਸ਼ਾ ਦਾ ਪ੍ਰਯੋਗ ਕਰ ਸਕਦਾ? ਦੇਖੋ ਗੱਲ ਇਹ ਕਿ ਇਹ ਤਾਂ ਇੱਕ ਬੇਸਿਕ ਸਵਾਲ ਹੈ, ਬੜੀ ਦੇਰ ਦਾ ਉੱਠਦਾ ਚਲਾ ਰਿਹਾ ਜੀ। ਮੈਨੂੰ ਨਾ ਯਾਦ ਹੈ ਕਿ ਜਦੋਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਸੀਗੇ ਨਾ, ਤੇ ਉਦੋਂ ਇਲੈਕਸ਼ਨ ਕਮਿਸ਼ਨਰ ਸੀ ਕ੍ਰਿਸ਼ਨਾ ਮੂਰਤੀ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਗੱਲ ਇਹ ਹੈ ਪ੍ਰਧਾਨ ਮੰਤਰੀ ਜੀ, ਕਿੰਨੀ ਮਾੜੀ ਗੱਲ ਹੈ ਕਿ ਜਿਹੜੇ ਲੋਕ ਕਾਨੂੰਨ ਬਣਾ ਰਹੇ ਨੇ ਉਹਨਾਂ ਨੂੰ ਕਾਨੂੰਨ ਪੜ੍ਹਨਾ ਵੀ ਨਹੀਂ ਆਉਂਦਾ। ਹੁਣ ਜਿਹੜਾ ਵਿਅਕਤੀ ਕਾਨੂੰਨ ਪੜ੍ਹ ਨਹੀਂ ਸਕਦਾ ਉਹ ਕਾਨੂੰਨ ਬਣਾ ਕਿਵੇਂ ਸਕਦਾ? ਪਾਰਲੀਮੈਂਟ ਨੇ ਕਾਨੂੰਨ ਬਣਾਉਣੇ ਨੇ,
ਤੇ ਪਾਰਲੀਮੈਂਟ ਦੇ ਅੰਦਰ ਉਹ ਲੋਕ ਬੈਠੇ ਨੇ ਜਿਹਨਾਂ ਨੇ 8ਵੀਂ ਵੀ ਪਾਸ ਨਹੀਂ ਕੀਤੀ ਹੋਈ, ਯਾਨੀ ਉਹ ਕਾਨੂੰਨ ਨੂੰ ਪੜ੍ਹ ਵੀ ਨਹੀਂ ਸਕਦੇ ਤੇ ਕਾਨੂੰਨ ਨੂੰ ਬਣਾਉਣਗੇ ਕਿੱਦਾਂ। ਸੋ ਇਹ ਬੇਸਿਕ ਜਿਹੜਾ ਸਵਾਲ ਹੈ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਅਲੱਗ ਤੌਰ ਤੇ, ਔਰ ਇੱਕ ਮਿਨੀਮਮ ਕੁਆਲੀਫਿਕੇਸ਼ਨ ਅਸੈਂਬਲੀ ਵਾਸਤੇ ਵੱਖਰੀ, ਪਾਰਲੀਮੈਂਟ ਵਾਸਤੇ ਵੱਖਰੀ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਲੋਕ ਜਿਹੜਾ ਕੰਮ ਕਰਨ ਜਾ ਰਹੇ ਨੇ ਉਹ ਉਸ ਕੰਮ ਨੂੰ ਕਰਨ ਦੀ ਖਮਤਾ ਵੀ ਉਹਨਾਂ ਦੇ ਅੰਦਰ ਕੈਪੇਬਿਲਿਟੀ ਵੀ ਹੈ ਕਿ ਨਹੀਂ ਹੈਗੀ। ਐਵੇਂ ਜਾ ਕੇ ਉੱਥੇ ਦੋਨੋਂ ਵੱਟੇ ਬਣਾ ਕੇ ਬਿਠਾ ਦੇਣੇ ਨੇ ਤੁਸੀਂ, ਉਹ ਕੀ ਕਰਨਗੇ ਉੱਥੇ ਜਾ ਕੇ? ਜਿਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਸਪੀਚਿਸ ਜਦੋਂ ਹੋ ਰਹੀਆਂ, ਬਹੁਤ ਸਾਰੇ ਐਸੇ ਪਾਰਲੀਮੈਂਟੇਰੀਅਨ ਨੇ ਜਿਹਨਾਂ ਨੂੰ ਸਮਝ ਨਹੀਂ ਆਉਂਦਾ ਹੁੰਦਾ ਕਿ ਦੂਜਾ ਪਾਰਲੀਮੈਂਟੇਰੀਅਨ ਜਾਂ ਮਿਨਿਸਟਰ ਬੋਲਦਾ ਕੀ ਪਿਆ, ਜਾਂ ਅਫਸਰ ਕੋਈ ਕੀ ਗੱਲ ਕਰਦਾ ਪਿਆ, ਜਾਂ ਲਿਖਿਆ ਕੀ ਹੋਇਆ ਕਿਸੇ ਸਵਾਲ ਦੇ ਉੱਤੇ, ਉਹਦਾ ਰਿਟਨ ਜਵਾਬ ਕੀ ਆਇਆ। ਸੋ ਇਹ ਇੱਕ ਅਲੱਗ ਕੁਐਸਚਨ ਹੈ, ਔਰ ਮੈਂ ਸਮਝਦਾ ਇਹ ਤੇ ਚਰਚਾ ਇੱਕ ਵਿਸਤਾਰ ਨਾਲ ਹੋਣੀ ਚਾਹੀਦੀ ਹੈ ਕਿ ਮਿਨੀਮਮ ਕੁਆਲੀਫਿਕੇਸ਼ਨ ਤੁਸੀਂ ਕਾਰਪੋਰੇਸ਼ਨਾਂ ਵਾਸਤੇ ਵੀ ਕਰੋ, MLA ਵਾਸਤੇ ਵੀ ਕਰੋ, MPs ਵਾਸਤੇ ਵੀ ਕਰੋ। ਪਰ ਜਿੱਥੋਂ ਤੱਕ ਇਹ ਸਵਾਲਾਂ ਦਾ ਜਵਾਬ ਹੈ, ਇਹ ਜਿਹੜੇ ਸ਼ਬਦ ਬੈਨ ਕੀਤੇ ਜਾ ਰਹੇ ਨੇ, ਇਹਨਾਂ ਬਾਰੇ ਅਸੀਂ ਹਾਲ ਦੀ ਘੜੀ ਜੋ ਸਾਡੇ ਪਾਰਲੀਮੈਂਟੇਰੀਅਨ ਹੈਗੇ ਨੇ ਉਹ ਭਾਵੇਂ ਅਨਪੜ੍ਹ ਨੇ ਭਾਵੇਂ ਘੱਟ ਪੜ੍ਹੇ ਨੇ ਜੀ, ਪਰ ਕਿਹੜੇ ਸ਼ਬਦ ਪਾਰਲੀਮੈਂਟ 'ਚ ਨਹੀਂ ਬੋਲੇ ਜਾਣੇ ਚਾਹੀਦੇ, ਇਹਦੀ ਸਮਝ ਮੈਂ ਸਮਝਦਾ ਕਿ ਬਹੁਤਿਆਂ ਪਾਰਲੀਮੈਂਟੇਰੀਅਨ ਨੂੰ ਹੈਗੀ ਹੈ। ਬਹੁਤ ਸਾਰੇ MP ਜਾਣਦੇ ਨੇ, ਕੋਈ ਇੰਨਾ ਵੀ ਬਿਲਕੁਲ ਗਿਆ ਗੁਜਰਾ ਨਹੀਂ ਹੈਗਾ, ਕਿਉਂਕਿ ਇੱਕ MP 15 ਲੱਖ ਤੋਂ ਲੈ ਕੇ 20 ਲੱਖ ਲੋਕਾਂ ਨੂੰ ਰਿਪ੍ਰੈਜੈਂਟ ਕਰਦਾ। ਹਰ ਕੋਈ ਐਸੀ ਲੋਕ ਸਭਾ ਦੀ ਸੀਟ ਨਹੀਂ ਹੈਗੀ ਜਿਹਦੀ ਜੀ, ਤੁਸੀਂ ਕਹਿੰਦੇ ਕਿ ਕੋਈ ਵੀ ਇੰਨਾ ਅਨਅਵੇਅਰ ਨਹੀਂ ਹੈਗਾ, ਪਰ ਤੁਹਾਨੂੰ ਪਤਾ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਜਦੋਂ ਮਾਸਟਰ ਜੀ ਮੈਡਮ ਜੀ ਪੜ੍ਹਾਇਆ ਕਰਦੇ ਸੀਗੇ, ਉਹ ਕਹਿੰਦੇ ਹੁੰਦੇ ਸੀ ਉੱਲੂਆ ਉੱਠ, ਇੱਦਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦੇ ਸੀ ਨਾ, ਉੱਲੂਆ ਉੱਠ, ਆਹ ਤਾਂ ਗਧੇ ਨੇ ਕੁਛ ਬਣਨਾ ਹੀ ਨਹੀਂ ਜੀ, ਇਹ ਸ਼ਬਦ ਦਾ ਪ੍ਰਯੋਗ ਕਰਦੇ ਸੀ। ਔਰ ਤੁਹਾਨੂੰ ਪਤਾ ਕਿ ਜਦੋਂ ਬਾਲ ਅਵਸਥਾ ਹੁੰਦੀ ਆ ਅਸੀਂ ਜਿਹੜਾ ਸ਼ਬਦ ਸੁਣਦੇ ਆ ਉਹ ਸਾਡੇ ਦਿਮਾਗ ਦੇ ਅੰਦਰ ਫਿੱਟ ਹੋ ਜਾਂਦਾ ਹੈ, ਉਹ ਬਾਅਦ ਦੇ ਵਿੱਚ ਬੱਚਾ ਮੈਂਬਰ ਪਾਰਲੀਮੈਂਟ MLA ਜਾਂ ਕਿਸੇ ਹੋਰ ਅਹੁਦੇ ਤੇ ਬਹਿੰਦਾ, ਪਰ ਉਹ ਜਾਂਦਾ ਤਾਂ ਫਿਰ ਤਾਂ ਇਹਦੀ ਸ਼ੁਰੂਆਤ ਫਿਰ ਸਕੂਲਾਂ ਤੋਂ ਹੋਣੀ ਚਾਹੀਦੀ। ਕਹਾਣੀ ਤਾਂ ਬਹੁਤ ਲੰਬੀ ਹੈ, ਪਰ ਇਹਦੇ ਨਾਲ ਹੀ ਆਰਟੀਕਲ 105 ਐਂਡ 194 ਦੀ ਗੱਲ ਕਰ ਲੈਂਦੇ ਹਾਂ, ਜਿਹਦੇ ਵਿੱਚ ਸੰਸਦ ਦੇ ਵਿੱਚ ਜਿਹੜਾ ਵੀ ਬੰਦਾ ਬੋਲਦਾ ਹੈ ਉਹ ਜੋ ਵੀ ਬੋਲ ਰਿਹਾ ਉਹਦੇ ਤੇ ਉਹਨੂੰ ਪੂਰਾ ਅਧਿਕਾਰ ਆ ਬੋਲਣ ਤੇ, ਉਹਨੂੰ ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ। ਫਿਰ ਜੇ ਆਪਾਂ ਇਹ ਗੱਲ ਕਰ ਲਈਏ ਕਿ ਅਨਪਾਰਲੀਮੈਂਟ ਵਰਡਸ ਜਿਹੜੇ ਆ ਉਹਨਾਂ ਤੇ ਪਾਬੰਦੀ ਹੈ, ਤੇ ਇੱਕ ਪਾਸੇ ਜਿਹੜੀ ਆ ਫਰੀਡਮ ਆਫ ਸਪੀਚ ਹੈ, ਕਿੱਦਾਂ ਬੈਲੈਂਸ ਬਣੂਗਾ ਇਹਨਾਂ ਦੋਨਾਂ ਗੱਲਾਂ ਦਾ? ਨਹੀਂ ਨਹੀਂ, ਦੋ ਚੀਜ਼ਾਂ ਥੋੜਾ ਜਿਹਾ ਇਹਦੇ 'ਚ ਅਸੀਂ ਫਰਕ ਕਰਕੇ ਚੱਲੀਏ। ਜਿਹੜਾ ਫਰੀਡਮ ਆਫ ਸਪੀਚ ਹੈ ਨਾ ਜੀ, ਉਹ ਅਸੀਂ ਗਾਲ ਨਹੀਂ ਕੱਢ ਸਕਦੇ ਪਾਰਲੀਮੈਂਟ ਦੇ ਅੰਦਰ, ਸਾਨੂੰ ਜਿੰਨੀ ਮਰਜ਼ੀ ਫਰੀਡਮ ਆਫ ਸਪੀਚ ਹੈਗੀ ਹੈ, ਔਰ ਇਸ ਗੱਲ ਦੀ ਸਮਝ ਵੀ ਮੈਂ ਇਹ ਕਹਿ ਰਿਹਾ ਕਿ ਹਰ ਪਾਰਲੀਮੈਂਟ ਦੇ ਮੈਂਬਰ ਨੂੰ ਹੁੰਦੀ ਹੈ ਕਿਹੜੀ ਕਿਹੜਾ ਸ਼ਬਦ ਮੈਂ ਪਾਰਲੀਮੈਂਟ ਇਸਤੇਮਾਲ ਕਰਨਾ ਤੇ ਕਿਹੜਾ ਸ਼ਬਦ ਮੈਂ ਪਾਰਲੀਮੈਂਟ ਇਸਤੇਮਾਲ ਨਹੀਂ ਕਰਨਾ। ਫਿਰ ਵੀ ਉਸ ਤੋਂ ਇਲਾਵਾ ਵੀ ਜੇ ਫਿਰ ਵੀ ਕੋਈ ਐਸਾ ਸ਼ਬਦ ਉਹ ਇਸਤੇਮਾਲ ਕਰ ਜਾਂਦਾ ਹੈ ਤੇ ਸਪੀਕਰ ਨੂੰ ਇਹ ਅਧਿਕਾਰ ਹੈ ਕਿ ਉਸ ਸ਼ਬਦ ਨੂੰ ਕਾਰਵਾਈ ਚੋਂ ਹਟਾ ਦੇਵੇ। ਜਦੋਂ ਉਸ ਕਾਰਵਾਈ ਚੋਂ ਮਾੜੇ ਸ਼ਬਦ ਨੂੰ ਹਟਾਉਣ ਦਾ ਅਧਿਕਾਰ ਆਲਰੇਡੀ ਸਪੀਕਰ ਕੋਲ ਹੈਗਾ। ਦੂਸਰਾ, ਪਾਰਲੀਮੈਂਟ ਅੱਜ ਨਹੀਂ ਬਣੀ, ਪਾਰਲੀਮੈਂਟ ਬਣੀ ਹੈ 1948 ਦੇ ਵਿੱਚ ਜਾਂ ਉਸ ਤੋਂ ਵੀ ਅੰਗਰੇਜ਼ਾਂ ਦੇ ਵੇਲੇ ਦੀ ਵੀ ਬਣੀ ਹੋਈ ਹੈ ਪਾਰਲੀਮੈਂਟ ਜੀ। ਗੱਲ ਇਹ ਹੈ ਕਿ ਉਸ ਵੇਲੇ ਦੇ ਭਲਾ ਅੱਜ ਕੋਈ ਅਸੀਂ ਦੱਸਾਂਗੇ ਕਿ ਕਿਹੜੇ ਸ਼ਬਦ ਅਨਪਾਰਲੀਮੈਂਟ ਹੈਗੇ ਨੇ, ਕਿਹੜੇ ਸ਼ਬਦ ਅਨਪਾਰਲੀਮੈਂਟਰੀ ਹੈਗੇ ਨੇ, ਇਹ ਪਤਾ ਹੈ ਸਪੀਕਰ ਨੂੰ ਵੀ, ਪਤਾ ਹੈ ਹਰ MP ਨੂੰ ਵੀ ਪਤਾ ਹੈ। ਔਰ ਜੰਗਲੀ ਜਿਹੜੇ ਅਨਪਾਰਲੀਮੈਂਟਰੀ ਸ਼ਬਦ ਨੇ ਉਹ ਬੋਲੇ ਨਹੀਂ ਜਾਂਦੇ, ਕਿਸੇ ਵੇਲੇ ਕੋਈ ਆ ਕੇ ਗੁੱਸੇ 'ਚ ਜਾਂ ਕਿਸੇ ਵੇਲੇ ਕੋਈ ਬਹੁਤਾ ਮਾਹੌਲ ਖਰਾਬ ਹੋ ਜਾਵੇ ਤੇ ਕੋਈ ਮੈਂਬਰ ਭਾਵੇਂ ਕੋਈ ਮਾੜੇ ਸ਼ਬਦ ਇਸਤੇਮਾਲ ਕਰ ਜਾਵੇ, ਪਰ ਉਹਨਾਂ ਨੂੰ ਉਸ ਕਾਰਵਾਈ 'ਚੋਂ ਹਟਾਉਣ ਦਾ ਅਧਿਕਾਰ ਸਪੀਕਰ ਕੋਲ ਹੈਗਾ। ਫਿਰ ਇਹ ਸ਼ਬਦ ਗਿਣ ਗਿਣ ਕੇ ਦੇਣਾ, ਔਰ ਐਸੇ ਸ਼ਬਦ ਦੇ ਦੇਣਾ ਜਿਹਨਾਂ ਨੂੰ ਜੇ ਟੋਟਲੀ ਇਹ ਜਿਹੜੇ ਸਾਰੇ ਸ਼ਬਦ ਤੁਸੀਂ ਪੜ੍ਹੇ ਨੇ ਨਾ ਜੀ, ਜੇ ਸਾਰੇ ਸ਼ਬਦ ਤੁਸੀਂ ਅਨਪਾਰਲੀਮੈਂਟਰੀ ਕਰਕੇ ਤੇ ਇਹਨਾਂ ਤੇ ਪਾਬੰਦੀ ਲਾ ਦਿਓਗੇ ਕਿ ਇਹ ਬੋਲੇ ਹੀ ਨਹੀਂ ਜਾਣਗੇ ਪਾਰਲੀਮੈਂਟ ਦੇ ਵਿੱਚ, ਫਿਰ ਡਿਬੇਟ ਹੀ ਨਹੀਂ ਹੋਣੀ। ਕੋਈ ਕਿਸੇ ਨੂੰ ਜੇ ਇਹ ਹੀ ਨਹੀਂ ਕਹਿ ਸਕਦਾ ਤੂੰ ਝੂਠ ਬੋਲ ਰਿਹਾ, ਕੋਈ ਜੇ ਕਿਸੇ ਨੂੰ ਇਹ ਹੀ ਨਹੀਂ ਕਹਿ ਸਕਦਾ ਕਿ ਤੂੰ ਘੱਟ, ਤੈਨੂੰ ਸਮਝ ਘੱਟ ਹੈ, ਤੇਰਾ ਜਵਾਬ ਠੀਕ ਨਹੀਂ, ਫਿਰ ਡਿਬੇਟ ਕਿੱਦਾਂ ਚੱਲੇਗੀ? ਡਿਬੇਟ ਇਦਾਂ ਹੀ ਚੱਲਦੀ ਹੈ, ਉਹ ਕਹਿੰਦਾ ਜੋ ਮੈਂ ਕਹਿ ਰਿਹਾ ਮੇਰਾ ਪੱਖ ਇਹ ਸਹੀ ਹੈ, ਜੋ ਤੂੰ ਕਹਿ ਰਿਹਾ ਤੇਰਾ ਪੱਖ ਗਲਤ ਹੈ, ਦੂਜਾ ਕਹਿੰਦਾ ਮੈਂ ਜੋ ਕਹਿ ਰਿਹਾ ਉਹ ਠੀਕ ਹੈ। ਜਦੋਂ ਬਹਿਸ ਹੋਏਗੀ ਉੱਥੇ ਇਹੋ ਜਿਹੇ ਸ਼ਬਦ ਕਿ ਤੂੰ ਝੂਠਾ ਹੈ, ਤੈਨੂੰ ਸਮਝ ਨਹੀਂ, ਤੂੰ ਮੰਦ ਬੁੱਧੀ ਹੈ, ਤੈਨੂੰ ਘੱਟ ਸਮਝ ਹੈ, ਇਹ ਸ਼ਬਦ ਜੇ ਹਾਂ ਹੁਣ ਰਿਸ਼ਵਤਖੋਰ, ਕੀ ਰਿਸ਼ਵਤਖੋਰੀ ਹੋ ਨਹੀਂ ਰਹੀ ਸਮਾਜ ਦੇ ਅੰਦਰ? ਕੀ ਪਾਰਲੀਮੈਂਟ ਅੱਜ ED ਕਿੰਨੇ MLA, ਕਿੰਨੇ ਐਕਸ ਮਿਨਿਸਟਰ, ਕਿੰਨੇ MP, ਕਿੰਨੇ ਐਕਸ MP
ਅੰਦਰ ਕੀਤਾ ਜਾ ਰਿਹਾ ਹੈ ਫੜ ਕੇ, ਕੀ ਉਹ ਰਿਸ਼ਵਤਖੋਰ ਨਹੀਂ ਹੈਗੇ? ਤੇ ਜੇ ਰਿਸ਼ਵਤਖੋਰ ਨੂੰ ਪਾਰਲੀਮੈਂਟ 'ਚ ਖੜਾ ਹੋ ਕੇ ਕੋਈ ਰਿਸ਼ਵਤਖੋਰ ਕਹਿੰਦਾ ਹੈ, ਤੇ ਤੁਸੀਂ ਇੱਥੇ ਪਾਬੰਦੀ ਲਾ ਦਿਓਗੇ ਕਿ ਤੂੰ ਕਿਸੇ ਨੂੰ ਰਿਸ਼ਵਤਖੋਰ ਨਹੀਂ ਕਹਿ ਸਕਦਾ, ਫਿਰ ਕਿੱਦਾਂ ਪਾਰਲੀਮੈਂਟ ਚੱਲੇਗੀ, ਕਿੱਦਾਂ ਅਸੈਂਬਲੀਆਂ ਚੱਲਣਗੀਆਂ? ਇੱਕ ਚੀਜ਼ ਹੋਰ ਹੈ, ਇੱਕ ਸ਼ਬਦ ਤੇ ਮੈਨੂੰ ਬੜੀ ਹੈਰਾਨਗੀ ਹੋ ਰਹੀ ਹੈ। ਇੱਕ ਸ਼ਬਦ ਜੀ ਹੈ ਕੋਵਿਡ ਸਪਰੈਡਰ। ਜੀ ਕੋਵਿਡ ਦਾ ਸਮਾਂ ਔਰ ਪੂਰਾ ਵਰਲਡ ਜਿਹੜਾ ਇਹਦੇ ਨਾਲ ਸਫਰ ਰਿਹਾ, ਬਹੁਤ ਸਾਰੀਆਂ ਅਸੀਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਸਾਨੂੰ ਜੀ ਲੱਗਦਾ ਕਿ ਕੋਵਿਡ ਸਪਰੈਡਰ ਸ਼ਬਦ ਦੇ ਉੱਤੇ ਪਾਬੰਦੀ ਲੱਗੀ ਹੈ, ਕਿੱਥੇ ਕ ਤੱਕ ਜਾਏਗਾ? ਔਰ ਕਰਪਟ ਸ਼ਬਦ ਤੇ ਪਾਬੰਦੀ, ਕਿ ਕਿਸੇ ਨੂੰ ਤੁਸੀਂ ਕਰਪਟ ਦੀ ਜਗ੍ਹਾ ਕੀ ਕਹੋਗੇ? ਨਹੀਂ, ਕਰਪਟ ਹੈ ਨਾ ਸਮਾਜ ਕਿ ਨਹੀਂ ਹੈਗਾ? ਇਹੀ ਅਸੀਂ ਪਾਰਲੀਮੈਂਟ ਕਰਨ ਕੀ ਜਾਂਦੇ ਹਾਂ, ਸਾਡੇ ਮੈਂਬਰ ਕੀ ਜਾਂਦੇ ਨੇ ਪਾਰਲੀਮੈਂਟ ਕਰਨ? ਇਸੇ ਲਈ ਤਾਂ ਜਾਂਦੇ ਨੇ ਕਿ ਉਹ ਕਰਪਟ ਨੂੰ ਕਰਪਟ ਕਹਿ ਸਕਣ, ਉਹਦੀ ਜਾਂਚ ਦੀ ਮੰਗ ਕਰ ਸਕਣ। ਜੋ ਇਹ ਕਰ ਹੀ ਨਹੀਂ ਸਕਦੇ, ਜੋ ਉਹ ਕਹਿ ਹੀ ਨਹੀਂ ਸਕਦੇ, ਤੇ ਫਿਰ ਉਹ ਪਾਰਲੀਮੈਂਟ ਹੈ ਕਾਹਦੇ ਲਈ ਹੈ? ਪਾਰਲੀਮੈਂਟ ਦੇ ਵਿੱਚ ਜਾ ਅਸੀਂ ਕਾਹਦੇ ਵਾਸਤੇ ਰਹੇ ਹਾਂ? ਸੋ ਇਹ ਸਾਰੀਆਂ ਚੀਜ਼ਾਂ, ਇਹਨਾਂ ਤੇ ਸਵਾਲ ਉੱਠਣੇ ਜਿਹੜੇ ਨੇ ਉਹ ਲਾਜ਼ਮੀ ਨੇ ਔਰ ਬਹੁਤ ਜ਼ਰੂਰੀ ਨੇ। ਤੇ ਜਿਹੜੇ ਉੱਠ ਰਹੇ ਨੇ, ਉਹ ਜਿਹੜੇ ਲੋਕ ਉਠਾ ਰਹੇ ਨੇ, ਉਹਨਾਂ ਨੂੰ ਮੈਂ ਸਮਝਦਾ ਕਿ ਹੋਰ ਜ਼ੋਰ ਦੇ ਨਾਲ ਇਹਨਾਂ ਸਵਾਲਾਂ ਨੂੰ ਚੁੱਕਣਾ ਚਾਹੀਦਾ ਹੈ। ਔਰ ਇਸ ਤਰ੍ਹਾਂ ਦੀ ਪ੍ਰੈਕਟਿਸ ਜਿਹੜੀ ਹੈ ਕਿ ਤੁਸੀਂ ਬੋਲਣ ਤੇ ਪਾਬੰਦੀ ਲਾ ਦਿਓਗੇ, ਜੀ ਜਿਹੜੇ ਮਾੜੇ ਸ਼ਬਦ ਨੇ ਤੁਸੀਂ ਉਹਨਾਂ ਨੂੰ ਕੱਢ ਸਕਦੇ ਹੋ ਕਾਰਵਾਈ ਦੇ ਵਿੱਚੋਂ। ਅੱਛਾ, ਮੰਨ ਲਓ ਸਰ, ਹੁਣ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਹੀ ਹਾਂ ਤੇ ਮੈਂ ਤੁਹਾਨੂੰ ਪਹਿਲਾਂ ਭੇਜ ਦਵਾਂ ਕਿ ਤੁਸੀਂ ਆ ਫਲਾਣਾ ਫਲਾਣਾ ਸ਼ਬਦ ਜਿਹੜਾ ਆ ਉਹ ਨਹੀਂ ਬੋਲ ਸਕਦੇ, ਜੀ ਤੇ ਤੁਸੀਂ ਜਦੋਂ ਜਦੋਂ ਅਸੀਂ ਬਹਿਸ ਕਰਦੇ ਹਾਂ ਤੇ ਇੱਕ ਫਲੋ ਦੇ ਵਿੱਚ ਕਰਦੇ ਹਾਂ, ਸਾਡੇ ਆਤਮਾ ਦੀ ਆਵਾਜ਼ ਹੁੰਦੀ ਹੈ, ਤੇ ਜਦੋਂ ਆਤਮਾ ਦੀ ਆਵਾਜ਼ ਹੁੰਦੀ ਹੈ ਉਹਦਾ ਚੁਣ ਰਟਨ ਕਰਕੇ ਅਸੀਂ ਉਦਾਂ ਬੋਲ ਸਕਦੇ ਹਾਂ, ਕਿਸੇ ਚੀਜ਼ ਦਾ ਰੱਟਾ ਲਾ ਕੇ ਬੋਲ ਸਕਦੇ ਹਾਂ, ਲੇਕਿਨ ਜਿਹੜੀ ਅੰਦਰੋਂ ਸਾਡੇ ਆਵਾਜ਼ ਆ ਰਹੀ ਹੈ ਉਹਨੂੰ ਤਾਂ ਅਸੀਂ ਇੱਕ ਫਲੋ ਦੇ ਵਿੱਚ ਬੋਲਣਾ ਹੁੰਦਾ ਹੈ। ਇਹ ਚਲੋ ਠੀਕ ਹੈ ਕਿ ਕੁਝ ਸ਼ਬਦ ਇਦਾਂ ਦੇ ਹੈ ਉਹ ਹਟਨੇ ਚਾਹੀਦੇ ਨੇ, ਜਿੱਦਾਂ ਉਹ ਚੀਜ਼ਾਂ ਨਹੀਂ ਯੂਜ਼ ਹੋਣੀਆਂ ਚਾਹੀਦੀਆਂ, ਦਲਾਲ ਵਰਡ ਨਹੀਂ ਯੂਜ਼ ਹੋਣਾ ਚਾਹੀਦਾ, ਹੋਰ ਕਾਫੀ ਸ਼ਬਦ, ਲੇਕਿਨ ਕੋਵਿਡ ਸਪਰੈਟਰ ਕਰਪਟ, ਔਰ ਫਿਰ ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸ਼ਬਦ ਹੈ ਇਹਨਾਂ ਨੂੰ ਬੈਨ ਨਹੀਂ ਕੀਤਾ ਗਿਆ, ਕੰਟੈਕਸਟ ਵਿਲ ਟੇਕਨ ਇਨ ਟੂ ਹਿਜ ਅਕਾਊਂਟ, ਇਹ ਦੇਖਿਆ ਜਾਏਗਾ ਕਿ ਉਹ ਕਿਸ ਸੰਦਰਭ ਦੇ ਵਿੱਚ ਬੋਲਿਆ ਜਾ ਰਿਹਾ। ਚੱਲ ਇਹ ਤਾਂ ਇੱਕ ਬਹਾਨਾ ਹੋ ਗਿਆ ਨਾ ਜੀ, ਹੁਣ ਇਹ ਇੱਕ ਬਹਾਨਾ ਹੈ, ਅਦਰਵਾਈਜ਼ ਇਹ ਸ਼ਬਦਾਂ ਦਾ ਹੇਰ ਫੇਰ ਹੈ ਕਿ ਤੁਸੀਂ ਬੈਨ ਨਹੀਂ ਕੀਤਾ, ਅਦਰਵਾਈਜ਼ ਤੁਸੀਂ ਇਹਨਾਂ ਨੂੰ ਬੈਨ ਹੀ ਕਰ ਦਿੱਤਾ ਹੈ। ਜਿੰਨੇ ਸ਼ਬਦ ਇੰਨੇ ਮਤਲਬ ਬੈਨ ਕੀਤੇ ਗਏ ਨੇ, ਇਹ ਸਾਰੇ ਸ਼ਬਦ ਜੇ ਤੁਸੀਂ ਸਮਾਜ ਦੇ ਵਿੱਚੋਂ ਕੱਢ ਦਿਓਗੇ, ਬਹਿਸ ਤਾਂ ਨਹੀਂ ਜੇ ਹੋ ਸਕਦੀ। ਸਪੀਚ ਤਾਂ ਕੋਈ ਕਰ ਸਕਦਾ ਹੈ, ਲਿਖ ਕੇ ਲੈ ਆਵੇ ਤੇ ਪੜ੍ਹ ਕੇ ਬੋਲ ਦਵੇ, ਪਰ ਪਾਰਲੀਮੈਂਟ ਬਹਿਸ ਕਰਨ ਲਈ ਬਣੀ ਹੈ, ਪਾਰਲੀਮੈਂਟ ਸਪੀਚ ਕਰਨ ਲਈ ਨਹੀਂ ਬਣੀ ਹੈਗੀ। ਉੱਥੇ ਸਪੀਚ ਤਾਂ ਰਾਸ਼ਟਰਪਤੀ ਨੇ ਕਰਨੀ ਹੈ, ਉਹਦੇ ਬਾਅਦ ਤਾਂ ਸੱਤਾ ਪਕਸ਼ ਨੇ ਤੇ ਆਪੋਜੀਸ਼ਨ ਨੇ ਆਪਸ 'ਚ ਬੈਠ ਕੇ ਬਹਿਸ ਕਰਨੀ ਹੈ। ਉਹ ਬਹਿਸ ਜਦੋਂ ਕਰਨੀ ਹੈ ਉਦੋਂ ਸ਼ਬਦਾਂ ਨੂੰ ਇੰਜ ਨਹੀਂ ਬੰਨ ਕੇ ਰੱਖਿਆ ਜਾ ਸਕਦਾ। ਮੈਂ ਕਿਹਾ ਨਾ, ਗਾਲ ਨਹੀਂ ਕੱਢੀ ਜਾਣੀ ਚਾਹੀਦੀ, ਔਰ ਮੇਰਾ ਖਿਆਲ ਹੈ ਕੋਈ ਕੱਢਦਾ ਵੀ ਨਹੀਂ। ਮਾੜੇ ਸ਼ਬਦ, ਗੰਦੇ ਸ਼ਬਦ ਜਿਹੜੇ ਨੇ ਉਹ ਸਮਾਜ ਦੇ ਅੰਦਰ ਜਿਹੜੇ ਅਸੀਂ ਘਰ 'ਚ ਬੈਠ ਕੇ ਨਹੀਂ ਬੋਲ ਸਕਦੇ, ਸਾਨੂੰ ਪਤਾ ਹੈ ਨਾ, ਉਹ ਸ਼ਬਦ ਅਸੀਂ ਪਾਰਲੀਮੈਂਟ 'ਚ ਵੀ ਨਹੀਂ ਬੋਲਦੇ। ਔਰ ਫਿਰ ਵੀ ਜੇ ਕੋਈ 2-4-5 ਸ਼ਬਦ ਐਸੇ ਹੋਣ ਜਿਹੜੇ ਲੱਗਦਾ ਹੈ ਕਿ ਪਾਰਲੀਮੈਂਟ 'ਚ ਜ਼ਿਆਦਾ ਵਾਰੀ ਬੋਲੇ ਗਏ ਨੇ ਪਰ ਨਹੀਂ ਬੋਲੇ ਜਾਣੇ ਚਾਹੀਦੇ, ਉਹਨਾਂ ਨੂੰ ਜੇ ਤੁਸੀਂ ਕੱਢ ਵੀ ਲਓਗੇ ਤੇ ਕੋਈ ਦਿੱਕਤ ਨਹੀਂ। ਪਰ ਤੁਸੀਂ ਜਨਰਲੀ ਰੂਟੀਨ 'ਚ ਜਿਹੜੇ ਸ਼ਬਦ ਰੋਜ਼ ਅਸੀਂ ਆਪਣੇ ਘਰ 'ਚ ਬੈਠ ਕੇ ਇਸਤੇਮਾਲ ਕਰ ਲੈਂਦੇ ਹਾਂ, ਜਿਹੜੇ ਸ਼ਬਦ ਅਸੀਂ ਵਪਾਰ 'ਚ ਬੈਠ ਕੇ, ਦਫ਼ਤਰ 'ਚ ਬੈਠ ਕੇ, ਸਟਾਫ ਨਾਲ ਇਸਤੇਮਾਲ ਕਰ ਲੈਂਦੇ ਹਾਂ, ਉਹਨਾਂ ਨੂੰ ਬੈਨ ਕਰਨਾ ਇਹ ਸਿਰਫ ਇੱਕ ਚੀਜ਼ ਦਿਖਾਉਂਦਾ ਹੈ ਕਿ ਅਸੀਂ ਤਾਂ ਆ ਕਰ ਸਕਦੇ ਹਾਂ, ਸਾਡੇ ਕੋਲ ਤਾਕਤ ਹੈ, ਕਰ ਦਿੱਤਾ ਕਰਕੇ ਦੱਸਾਂਗੇ। ਸਿਰਫ ਆਪਣੀ ਤਾਕਤ ਦਿਖਾਉਣ ਵਾਸਤੇ ਇਹ ਸਭ ਕੀਤਾ ਜਾ ਰਿਹਾ। ਸੋ ਇਹ ਪ੍ਰੈਕਟਿਸ ਅੱਛੀ ਨਹੀਂ, ਕਿਉਂਕਿ ਲੋਕਤੰਤਰ ਵਾਸਤੇ ਮੈਂ ਆਰਟੀਕਲ ਦੀ ਗੱਲ ਵੀ ਨਹੀਂ ਮੈਂ ਕਰਦਾ। ਤੁਸੀਂ ਜ਼ਰੂਰ ਕਿਹਾ ਕਿ ਆਰਟੀਕਲ 105 194 ਜਿਹੜੇ ਨੇ ਉਹ ਸਾਨੂੰ ਬੋਲਣ ਦੀ ਆਜ਼ਾਦੀ ਦਿੰਦੇ ਨੇ, ਜੇ ਅਸੀਂ ਕਾਨੂੰਨ ਨੂੰ, ਸੰਵਿਧਾਨ ਨੂੰ ਛੱਡ ਵੀ ਦਈਏ ਤੇ ਅਦਰਵਾਈਜ਼ ਵੀ ਇਸ ਤਰ੍ਹਾਂ ਦੀਆਂ ਬੋਲਣ ਤੇ ਪਾਬੰਦੀਆਂ ਲਾ ਦੇਣਾ ਕਿ ਬੰਦੇ ਕੋਲ ਸ਼ਬਦ ਹੀ ਨਾ ਰਹਿ ਜਾਣ ਆਪਣੀ ਗੱਲ ਕਹਿਣ ਵਾਸਤੇ, ਯਾਨੀ ਉਹ ਤੁਹਾਡੇ ਤੇ ਸਵਾਲ ਚੁੱਕ ਹੀ ਨਾ ਸਕੇ, ਉਹ ਪਹਿਲੇ ਇਹ ਹੀ ਦੇਖਦਾ ਰਹੇ ਮੈਂ ਕਿਹੜਾ ਸ਼ਬਦ ਇਸਤੇਮਾਲ ਕਰਾਂ ਤੇ ਕਿਹੜਾ ਸ਼ਬਦ ਇਸਤੇਮਾਲ ਨਾ ਕਰਾਂ। ਉਹਦਾ ਧਿਆਨ ਇੱਧਰ ਹੀ ਰਹੇਗਾ, ਅਸਲੀ ਮੁੱਦਿਆਂ ਤੇ ਉਹਦਾ ਧਿਆਨ ਜਾਏਗਾ ਹੀ ਨਹੀਂ। ਸੋ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਸਤੇ ਤੁਸੀਂ ਲੋਕਾਂ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਲਾ ਰਹੇ ਹੋ, ਇਹ ਲੋਕਤੰਤਰ ਲਈ, ਇਹ ਡੈਮੋਕ੍ਰੇਸੀ ਲਈ ਠੀਕ ਨਹੀਂ ਹੈਗਾ। ਦੂਸਰੀ ਗੱਲ, ਜੇ ਤੁਸੀਂ ਕੁਛ ਕਰਨਾ ਵੀ ਹੈ, ਡੈਮੋਕ੍ਰੇਸੀ ਕੀ ਕਹਿੰਦੀ ਹੈ, ਤੁਸੀਂ ਇੱਕ ਪਾਰਲੀਮੈਂਟਰੀ ਕਮੇਟੀ ਬਣਾਓ, ਆਲ ਪਾਰਟੀ ਮੈਂਬਰ ਜਿਹੜੇ ਨੇ ਉਹਦੇ ਵਿੱਚ ਲਓ,
ਲੈ ਕੇ ਉੱਥੇ ਮੰਥਨ ਕਰ ਲਓ, ਉੱਥੇ ਤੁਸੀਂ ਡਿਸਕਸ਼ਨ ਕਰ ਲਓ। ਜਿਹੜੇ ਕੋਈ ਐਸੇ ਸ਼ਬਦ ਬਿਲਕੁਲ ਅਨਪਾਰਲੀਮੈਂਟਰੀ ਲੱਗਦੇ ਨੇ, ਜਿਨ੍ਹਾਂ ਦਾ ਇਸਤੇਮਾਲ ਜਿਹੜਾ ਹੈਗਾ ਉਹ ਸੋਸਾਇਟੀ ਲਈ ਮਾੜਾ ਹੋ ਸਕਦਾ, ਉਹਨਾਂ ਨੂੰ ਕੱਢ ਲਓ ਇਕੱਠੇ ਹੋ ਕੇ ਯੂਨੈਨੀਮਸਲੀ ਸਲਾਹ ਕਰਕੇ। ਇਹ ਤਾਂ ਨਹੀਂ ਨਾ ਕਿ ਤੁਸੀਂ ਇਹ ਥੋਪਣਾ ਸ਼ੁਰੂ ਕਰ ਦਿਓ ਕਿ ਆਹ ਸ਼ਬਦ ਤੁਸੀਂ ਬੋਲ ਹੀ ਨਹੀਂ ਸਕਦੇ, ਔਰ ਉਹਦੇ 'ਚ ਬਹੁਤੇ ਸ਼ਬਦ ਉਹ ਹੋਣ ਜਿਹੜੇ ਪਿਛਲੇ 7 ਸਾਲਾਂ 'ਚ ਤੁਹਾਡੀ ਸਰਕਾਰ ਦੇ ਖਿਲਾਫ ਇਸਤੇਮਾਲ ਕੀਤੇ ਗਏ ਹੋਣ। ਦਿਸ ਇਜ਼ ਅਗੇਂਸਟ ਡੈਮੋਕ੍ਰੇਸੀ। ਬਿਲਕੁਲ ਜੀ, ਮਤਲਬ ਕਿ ਕੋਈ ਕਹਿ ਨਹੀਂ ਸਕਦਾ ਲੋਕਤੰਤਰ ਦੇ ਵਿੱਚ ਵੀ ਨਿਕੰਮੀ ਸਰਕਾਰ ਹੈ, ਇਹ ਕੋਈ ਕਹਿ ਨਹੀਂ ਸਕਦਾ। ਕਰਪਟ ਸਰਕਾਰ ਹੈ, ਕੋਈ ਕਹਿ ਨਹੀਂ ਸਕਦਾ। ਨੌਟੰਕੀ ਹੋ ਰਹੀ ਹੈ, ਕੋਈ ਕਹਿ ਨਹੀਂ ਸਕਦਾ। ਮਤਲਬ ਕਿ ਬੋਲਾਂ ਵਿੱਚ ਸੀ ਨਾ, ਅਸੀਂ ਰੋਜ਼ ਕਹਿੰਦੇ ਆ ਤੂੰ ਕੀ ਨਾਟਕ ਕਰੀ ਜਾਂਦਾ ਪਿਆ। ਜੀ ਅਸੀਂ ਰੋਜ਼ ਕਹਿੰਦੇ ਆ ਇਹ ਸਰਕਾਰ ਕੰਮ ਨਹੀਂ ਕਰਦੀ, ਨਿਕੰਮੀ ਹੈ। ਹੁਣ ਇਹ ਸ਼ਬਦ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ, ਫਿਰ ਕਰਨਾ ਕੀ ਹੈ ਪਾਰਲੀਮੈਂਟ ਦੇ ਵਿੱਚ? ਮਤਲਬ ਗੁੰਗੀ ਜਨਤਾ ਹੋ ਗਈ, ਗੁੰਗਾ ਲੋਕਤੰਤਰ ਹੋ ਗਿਆ। ਹਾਂ ਸਰ, ਉਹ ਜਨਤਾ ਗੁੰਗੀ ਹੋ ਕੇ ਬੈਠ ਜਾਏ ਸਰ। ਹਾਂ ਸਾਰੀ ਢਿੰਡੋਰਾ ਆਪਾਂ ਕਹਿੰਦੇ ਰਹਿੰਦੇ ਕਿ ਕਿਉਂ ਢਿੰਡੋਰਾ ਤੁਸੀਂ ਪਿੱਟੀ ਜਾਂਦੇ ਆ, ਆਪਾਂ ਉਹ ਵਰਡ ਵੀ ਤੁਸੀਂ ਹੋਣੀ ਆਪਣੇ ਕੰਮਾਂ ਦਾ, ਅਸੀਂ ਕਹਿੰਦੇ ਆ ਪਾਰਲੀਮੈਂਟ 'ਚ ਕਈ ਵਾਰ ਕਈ MPs ਨੇ ਕਿਹਾ ਤੁਸੀਂ ਕੀ ਆਪਣੇ ਉਹਨਾਂ ਕੰਮਾਂ ਦਾ ਢਿੰਡੋਰਾ ਫੇਰੀ ਜਾਂਦੇ ਹੋ ਜਿਹਦਾ ਕੋਈ ਫਾਇਦਾ ਨਹੀਂ ਹੋਇਆ, ਸਾਨੂੰ ਦੱਸੋ ਤੁਸੀਂ ਪਬਲਿਕ ਲਈ ਕੀਤਾ। ਹਾਂ ਨਹੀਂ ਸਰ, ਬਿਲਕੁਲ ਵੀ ਬੈਰੀ ਸਰ। ਹਾਂ ਉਹੀ ਕਹਿੰਦੇ ਨਾ ਜੀ, ਇੱਕ ਡੈਮੋਕ੍ਰੇਸੀ 'ਚ ਅਧਿਕਾਰ ਹੈ ਹਰ ਇੱਕ ਵਿਅਕਤੀ ਨੂੰ ਕਿ ਉਹ ਸਰਕਾਰ ਨੂੰ ਆਪਣੀ ਆਵਾਜ਼ ਸੁਣਾ ਸਕੇ। ਜੇ ਸਰਕਾਰ ਨਹੀਂ ਸੁਣਦੀ ਤੇ ਉਹਨੂੰ ਇਹ ਹੱਕ ਨਹੀਂ ਹੈਗਾ ਕਹਿਣ ਦਾ ਕਿ ਸਰਕਾਰ ਬੋਲੀ ਹੈ ਮੇਰੀ ਗੱਲ ਨਹੀਂ ਸੁਣਦੀ ਬਈ। ਬਿਲਕੁਲ, ਜੇ ਇਹ ਕਹਿਣ ਦਾ ਹੱਕ ਵੀ ਤੁਸੀਂ ਖੋ ਲਓਗੇ ਫਿਰ ਲੋਕਤੰਤਰ ਕਿੱਥੇ ਗਿਆ, ਡੈਮੋਕ੍ਰੇਸੀ ਕਿੱਥੇ ਗਈ, ਆਮ ਆਦਮੀ ਦੇ ਬੋਲਣ ਦਾ ਅਧਿਕਾਰ ਕਿੱਥੇ ਗਿਆ? ਹਰ ਸ਼ਬਦ ਨੂੰ ਜਿਹੜਾ ਸ਼ਬਦ ਸਰਕਾਰ ਦੇ ਖਿਲਾਫ ਪਿਛਲੇ 7 ਸਾਲਾਂ 'ਚ ਇਸਤੇਮਾਲ ਕੀਤਾ ਗਿਆ ਹੈ ਉਸ ਸ਼ਬਦ ਨੂੰ ਤੁਸੀਂ ਅਨਪਾਰਲੀਮੈਂਟਰੀ ਬਣਾ ਕੇ ਲੋਕਤੰਤਰ ਦੇ ਨਾਲ ਧੱਕਾ ਕਰ ਰਹੇ ਹੋ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਔਰ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਧਿਕਾਰ ਹੈ ਉਹ ਕਿਸੇ ਵਿਅਕਤੀ ਨੂੰ ਉਹ ਉਹਦੇ ਬੋਲਣ ਦੀ ਆਜ਼ਾਦੀ ਹੈ। ਜੇ ਤੁਸੀਂ ਬੋਲਣ ਦੀ ਆਜ਼ਾਦੀ ਨੂੰ ਲੈ ਲਓਗੇ ਤੇ ਉਸ ਤੋਂ ਬਾਅਦ ਉਹ ਕੁਛ ਵੀ ਨਹੀਂ ਕਰ ਸਕਦਾ। ਬਿਲਕੁਲ ਸਰ, ਜੇ ਵਾਕਈ ਭਾਸ਼ਾ ਠੀਕ ਕਰਨੀ ਹੈ ਤਾਂ ਫਿਰ ਤਾਂ ਇਹ ਮੁੱਦਾ ਗ੍ਰਾਸ ਰੂਟ ਲੈਵਲ ਦਾ ਹੈ। ਸਕੂਲਾਂ ਦੇ ਵਿੱਚ ਟੀਚਰਾਂ ਦੀ ਭਾਸ਼ਾ ਠੀਕ ਕਰੋ, ਵਰਕ ਕਲਚਰ ਠੀਕ ਕਰੋ, ਚੰਗੇ ਇਨਸਾਨ ਬਣਾਓ, ਚੰਗਾ ਵਿਅਕਤੀ ਨਿਰਮਾਣ ਕਰੋ, ਚੰਗੀ ਉਹ ਭਾਸ਼ਾ ਬੋਲੇ। ਇਹ ਤਾਂ ਫਿਰ ਬਹੁਤ ਮਤਲਬ ਸ਼ੁਰੂ ਤੋਂ ਸ਼ੁਰੂ ਹੋਊਗਾ। ਔਰ ਜਿਹੜੇ ਨੇਤਾ ਹੈ ਉਹ ਉਹਨਾਂ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਇੱਕ ਅਨਪੜ੍ਹ ਬੰਦਾ ਤਾਂ ਸਿੱਧੀ ਸਾਦੀ ਬੋਲੀ ਬੋਲੇ। ਦੇਖੋ ਰਣਜੀਤ ਜੀ, ਤੁਹਾਡਾ ਇਹ ਜਿਹੜਾ ਸੁਝਾਵ ਹੈ ਨਾ ਇਹ ਬਹੁਤ ਵਧੀਆ ਹੈਗਾ ਕਿ ਸਕੂਲ ਲੈਵਲ ਤੇ ਤੁਸੀਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿਓ ਕਿ ਆਹ ਸ਼ਬਦ ਜਿਹੜੇ ਨੇ ਨਹੀਂ ਇਸਤੇਮਾਲ ਕਰਨੇ। ਪਹਿਲੇ ਟੀਚਰ ਆਪ ਉਹਨਾਂ ਸ਼ਬਦਾਂ ਦਾ ਇਸਤੇਮਾਲ ਬੰਦ ਕਰਦੇ ਤੇ ਜਦੋਂ ਉਹਨੂੰ ਟਾਈਮ ਲੱਗ ਸਕਦਾ ਹੈ, ਪਰ ਇਮੀਡੀਏਟਲੀ ਇੱਕ ਚੀਜ਼ ਹੋ ਸਕਦੀ ਹੈ, ਤੁਸੀਂ ਲੋਕ ਸਭਾ ਦੇ ਸਪੀਕਰ ਨੇ, ਰਾਜ ਸਭਾ ਦੇ ਆਪਣੇ ਉਪ ਰਾਸ਼ਟਰਪਤੀ ਉਹਦੇ ਅਧਿਆਕਸ਼ ਨੇ, ਇਹ ਲੋਕ ਕਲਾਸ ਲਾ ਲੈਣ MPਆਂ ਦੀ, ਲੋਕ ਸਭਾ ਦੇ ਸਪੀਕਰ ਲੋਕ ਸਭਾ ਦੇ ਮੈਂਬਰਾਂ ਦੀ ਕਲਾਸ ਲੈ ਲੈਣ, ਉਪ ਰਾਸ਼ਟਰਪਤੀ ਰਾਜ ਸਭਾ ਦੇ ਮੈਂਬਰਾਂ ਦੀ ਕਲਾਸ ਲੈ ਲੈਣ, ਉਹਨਾਂ ਨਾਲ ਸਮਝਾ ਕੇ ਗੱਲ ਕਰਕੇ ਡਿਸਕਸ ਕਰਕੇ ਜਿਹੜੇ ਬਹੁਤੇ ਮਾੜੇ ਸ਼ਬਦ ਨੇ ਉਹਨਾਂ ਨੂੰ ਕਹਿ ਦੇਣ ਕਿ ਤੁਸੀਂ ਇਹ ਸ਼ਬਦਾਂ ਦਾ ਇਸਤੇਮਾਲ ਨਾ ਕਰੋ। ਉਹਦੇ ਵਾਸਤੇ ਇੱਕ ਇਹ ਬੈਨ ਲਾਣਾ, ਪਾਬੰਦੀਆਂ ਲਾਣਾ, ਇਹ ਕਿੱਥੋਂ ਦਾ ਅਸੂਲ ਹੈ? ਨਾਲ ਇਹ ਵੀ ਕਹਿਣਾ ਕਿ ਬੈਨ ਤਾਂ ਲੱਗਾ ਨਹੀਂ ਹੋਇਆ। ਹਾਂ ਉਹ ਇਹ ਤਾਂ ਝੂਠ ਹੈ ਨਾ ਕਿ ਬੈਨ ਲੱਗਾ ਨਹੀਂ ਹੋਇਆ। ਇਹ ਤਾਂ ਗੱਲ ਹੈ ਕਿ ਇੱਕ ਐਮਰਜੈਂਸੀ ਦਾ ਬਹੁਤ ਰੌਲਾ ਪੈਂਦਾ, ਐਮਰਜੈਂਸੀ 'ਚ ਲੋਕਾਂ ਨੂੰ ਬੋਲਣ ਨਹੀਂ ਸੀ ਦਿੱਤਾ ਜਾਂਦਾ, ਐਮਰਜੈਂਸੀ ਤਾਂ ਫਿਰ ਐਲਾਨੀਆਂ ਐਮਰਜੈਂਸੀ ਸੀ। ਹੁਣ ਤਾਂ ਇੰਨੀ ਪਾਬੰਦੀ ਤਾਂ ਐਮਰਜੈਂਸੀ ਵੇਲੇ ਵੀ ਨਹੀਂ ਸੀ, ਮੈਂ ਮੀਡੀਆ 'ਚ ਰਿਹਾ ਉਦੋਂ ਵੀ ਸੀ ਹੁਣ ਵੀ ਹੈਗਾ ਵਾਂ, ਇੰਨੀ ਪਾਬੰਦੀ ਤਾਂ ਮੀਡੀਆ 'ਤੇ ਉਦੋਂ ਨਹੀਂ ਸੀ ਜਿੰਨੀ ਪਾਬੰਦੀ ਹੁਣ ਬਗੈਰ ਐਮਰਜੈਂਸੀ ਲਾਏ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਬਿਲਕੁਲ ਸਰ, ਲੋਕਤੰਤਰ ਦਾ ਜਿਹੜਾ ਹੈ ਵਿਕਾਸ ਹੋ ਰਿਹਾ ਹੈ, ਪਰ ਵਿਕਾਸ ਹੋਣ ਦਾ ਅਰਥ ਇਹ ਨਹੀਂ ਕਿ ਨਾਲ ਹੀ ਲੋਕਾਂ ਦਾ ਗਲਾ ਘੁੱਟਿਆ ਜਾਵੇ। ਜਿਹੜੇ ਵੀ ਕਾਨੂੰਨ ਬਣਦੇ ਨੇ ਜਾਂ ਜਿਹੜੇ ਵੀ ਸੁਝਾਵ ਆਉਂਦੇ ਨੇ, ਹਮੇਸ਼ਾ ਉਹਨਾਂ ਨੂੰ ਪਹਿਲਾਂ ਗ੍ਰਾਸ ਰੂਟ ਲੈਵਲ ਤੋਂ ਚੈੱਕ ਕਰ ਲਓ ਕਿ ਉਹ ਪੋਸੀਬਲ ਹੈ ਜਾਂ ਨਹੀਂ ਹੈ। ਭਾਸ਼ਾ ਤਾਂ ਵਾਕਈ ਬਹੁਤ ਚੰਗੀ ਹੋਣੀ ਚਾਹੀਦੀ ਕਿ ਜਦੋਂ ਕੁਛ ਬੋਲੇ ਕੋਈ, ਕਹਿ ਦਿੰਦੇ ਆ ਸਰ, ਕਹਿੰਦੇ ਨੇ ਸ਼ਬਦ ਵਿਰਾਗ, ਸ਼ਬਦ ਉਮਾਹ, ਸ਼ਬਦ ਉਤਸ਼ਾਹ। ਇਹ ਜਿਹੜਾ ਸ਼ਬਦ ਹੁੰਦਾ, ਜਿਹੜੀ ਬੋਲਚਾਲ ਹੁੰਦੀ ਹੈ, ਇਹਦੇ ਵਿੱਚ ਹੀ ਸਾਡੇ ਐਕਸਾਈਟਮੈਂਟ ਵੀ ਹੁੰਦੀ ਹੈ। ਕਹਿੰਦੇ ਨਾ ਕੋਈ ਉਦਾਂ ਨਹੀਂ ਮਰਦਾ, ਲੇਕਿਨ ਬੋਲ ਦੇ ਨਾਲ ਜਿਹੜੀ ਬੰਦਾ ਮਾਰ ਮਾਰ ਜਾਂਦਾ ਉਹ ਮਾੜੀ ਹੁੰਦੀ। ਪਰ ਕੁਛ ਸ਼ਬਦ ਜਿਹੜੇ ਆ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੈ, ਮੁਹਾਵਰੇ, ਅਖਾਣ ਜਿਹੜੇ ਅਸੀਂ ਵਰਤਦੇ ਹਾਂ, ਉਹ ਬਿੰਬ ਹੁੰਦੇ ਆ, ਉਹਨਾਂ ਦੇ ਵਿੱਚ ਇੱਕ ਮੈਸੇਜ ਹੁੰਦਾ ਆ। ਉਹਨਾਂ ਨੂੰ ਬੈਨ ਕਰ ਦੇਣਾ ਬਹੁਤ ਮਾੜੀ ਗੱਲ ਹੈ। ਵਰਿੰਦਰ ਸ਼ਰਮਾ ਜੋਗੀ ਜੀ, ਤੁਸੀਂ ਹਮੇਸ਼ਾ ਸਾਡੇ ਲਈ ਕੀਮਤੀ ਸਮਾਂ ਕੱਢਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਦੋਸਤੋ, ਰਣਜੀਤ ਰੇਡੀਓ ਨੂੰ
ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।